ਸਿੰਘਾਂ ਦੀ ਰਿਹਾਈ ਨੂੰ ਲੈ ਕੇ ਧਰਨਾ ਚੱਲ ਰਿਹਾ ਹੈ ਮੋਹਾਲੀ ਦੇ ਅਮਸਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਹਸਤੀਆਂ ਜਾਂਦੀਆਂ ਨੇ ਸ਼੍ਰੋਮਣੀ ਗੁਰਦਵਾਰ ਪ੍ਰੰਤਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਅਤੇ ਦਾਦੂਬਾਦ ਬਲਜੀਤ ਸਿੰਘ ਦਾਦੂਬਾਦ ਦੋਨਾਂ ਦਾ ਵਿਰੋਧ ਹੁੰਦਾ ਤੇ ਸਭ ਤੋਂ ਵੱਧ ਜਿਹੜੇ ਧਾਮੀ ਸਾਹਿਬ ਦੀ ਗੱਡੀ ਭੰਨੀ ਜਾਂਦੀ ਹੈ ਤੇ ਉਹ ਵਿਰੋਧ ਕਰਦੇ ਨੇ ਜਿਹੜੇ ਉੱਥੇ ਦੇ ਸਿੱਖ ਜੱਥੇਬੰਦੇ ਨੇ ਨੌਜਵਾਨ ਨੇ ਨਹੀਂ ਦੇਖੋ ਉੱਥੇ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਦੋਂ ਕੋਈ ਕਿਸੇ ਅੱਡੀ ਵੱਡੀ ਦੇਖੋ ਧਾਮੀ ਸਾਹਿਬ ਦੇ ਉੱਤੇ ਹਮਲਾ ਨਹੀਂ ਹੈਗਾ ਇਹ ਸਿੰਖ ਸੰਸਥਾ ਤੇ ਹਮਲਾ ਹੈਗਾ ਜਦੋਂ ਇੱਕ ਧਾਮੀ ਇਨ ਪਰਸਨ ਕੁਛ ਨਹੀਂ ਹੈਗਾ ਧਾਮੀ ਐਜ਼ ਪ੍ਰਧਾਨ ਐਸਜੀਪੀਸੀ ਇੱਕ ਸੰਸਥਾ ਦੇ ਪ੍ਰਧਾਨ ਦੇ ਤੌਰ ਤੇ ਉੱਥੇ ਗਏ ਸੀ ਔਰ ਉਹਨਾਂ ਨੂੰ ਬੁਲਾਇਆ ਗਿਆ ਸੀ ਇਨਵਾਈਟ ਕਰਿਆ ਗਿਆ ਸੀ ਇਨਵਾਈਟ ਕਰਨ ਤੋਂ ਬਾਅਦ ਜਦੋਂ ਉਹ ਬੋਲ ਕੇ ਆਉਂਦੇ ਹੈਗੇ ਆ ਕੁਝ ਲੋਕ ਉਹਨਾਂ ਦੀ ਕਾਰ ਦੇ ਮੂਹਰੇੜ ਕੇ ਕਹਿੰਦੇ ਆ ਸਾਨੂੰ ਜੀ ਇਹਨਾਂ ਗੱਲਾਂ ਦਾ ਜਵਾਬ ਦੇ ਕੇ ਜਾਓ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਇੱਕ ਜਵਾਬ ਵਾਸਤੇ ਨਾ ਜਿਹੜਾ ਹੈਗਾ ਸੰਵਾਦ ਵਾਸਤੇ ਇੱਕ ਤਰੀਕਾ ਹੋਇਆ ਕਰਦਾ ਹੈਗਾ ਕਿਸੇ ਦੀ ਗੱਡੀ ਦੇ ਵਿੱਚੋਂ ਔਰ ਕੌਣ ਲੋਕਾਂ ਉਹ ਉਹਨਾਂ ਨੂੰ ਕਿੰਨਾ ਕੁ ਪਤਾ ਹੈਗਾ ਸੰਵਾਦ ਦੀ ਗੱਲ ਕਿੰਨਾ ਕੁ ਪਤਾ ਉਹ ਕਿਉਂ ਜਵਾਬ ਦਿੱਤਾ ਜਾਵੇ ਉਹਨਾਂ ਲੋਕਾਂ ਦੇ ਠੀਕ ਹੈ ਜਦੋਂ ਤਾਂ ਮੀ ਸਾਹਿਬ ਉੱਤੇ ਬੋਲ ਰਹੇ ਸੀ ਤਾਂ ਉਹਨਾਂ ਨੂੰ ਬਿਲਕੁਲ ਸਵਾਲ ਪੁੱਛ ਲੰਦੇ ਯਾ ਉਹਨਾਂ ਤੋਂ ਟਾਈਮ ਮੰਗਦੇ ਵੀ ਤੁਹਾਡੇ ਤੋਂ ਜਿਹੜਾ ਹੈਗਾ ਅਸੀਂ ਸਵਾਲ ਪੁੱਛਣੇ ਹੈਗੇ ਆ ਗੱਲਾਂ ਕਰਨੀਆਂ ਹੈਗੀਆਂ ਜਦੋਂ ਉਦੋਂ ਤਾਂ ਤੁਸੀਂ ਕਰਦੇ ਨਹੀਂ ਟਾਈਮ ਤੁਸੀਂ ਲੈਂਦੇ ਨਹੀਂ ਤਾਂ ਤੁਸੀਂ ਉਹਨਾਂ ਦਾ ਕਿਸ ਸਿੱਖਦ ਕੌਮ ਦੇ ਵਿੱਚ ਕਿੱਥੇ ਲਿਖਿਆ ਹੋਆ ਹੈਗਾ ਕਿ ਇੱਕ ਬੰਦੇ ਦੇ ਉੱਤੇ ਜਿਹੜਾ ਹੈਗਾ ਕਾਰ ਦੇ ਵਿੱਚ ਬੈਠੇ ਦੇ ਉੱਤੇ ਆਪਣੀਆਂ ਕਿਰਪਾਨਾਂ ਦੇ ਨਾਲ ਲਾਟੀਆਂ ਦੇ ਨਾਲ ਬਾਰ ਕਰਦੇ ਜਿਹੜੇ ਗਰਮ ਖਿਆਲੀ ਨੌਜਵਾਨ ਨੇ ਉਹਨਾਂ ਨੇ ਕਿਹਾ ਕਿਹੜੇ ਗਰਮ ਖਿਆਲੀ ਨੌਜਵਾਨ ਉੱਥੇ ਜਿਹੜੇ ਨੇ ਕੌਣ ਉੱਥੇ ਜਿਨ੍ਹਾਂ ਨੇ ਹਮਲਾ ਕੀਤਾ ਇਹ ਦੱਸੋ ਨਾ ਪਰ ਉਹ ਕਹਿਣ ਬੁਰਿਆ ਕਿ ਅਸੀਂ ਗਰਮ ਉਹਨਾਂ ਦੇ ਉਹਨਾਂ ਦੇ ਵਿੱਚੋਂ ਹੀ ਸਵਾਲ ਆਇਆ ਕਹਿੰਦੇ ਵੀ ਜਦੋਂ ਉਹਨਾਂ ਨੇ ਸਪੀਚ ਦਿੱਤੀ ਸਪੀਚ ਦਿੱਤੀ ਜਿਨ੍ਹਾਂ ਵੀ ਮੁੰਡਿਆਂ ਨੇ ਜੋ ਵੀ ਆ ਉਹਨਾਂ ਦੀ ਜਦੋਂ মিডিਆ ਨਾਲ ਸੰਬੋਧਨ ਕਰ ਰਹੇ ਨੇ ਉਹਨਾਂ ਨੌਜਵਾਨਾਂ ਨੇ ਕਿਹਾ ਕਿ ਜਦੋਂ ਸਪੀਚ ਦਿੱਤੀ ਉਹਨਾਂ ਨੇ ਕਿ ਕਾਲੀ ਪਾਰਟੀ ਪੰਥ ਦੀ ਪਾਰਟੀ ਹੈ ਜਿਸ ਕਰਕੇ ਪੰਥ ਹਾਰ ਗਿਆ ਜਿਸ ਨੂੰ ਲੈ ਕੇ ਉਹਨਾਂ ਦੇ ਸਵਾਲ ਉਹਨਾਂ ਦੇ ਅੰਦਰ ਬੁਲਬੁਲਾ ਪੈਦਾ ਹੋਇਆ ਤੇ ਉਹਨਾਂ ਨੇ ਪਰ ਹਾਂ ਨਿੰਦਾ ਜ਼ਰੂਰ ਕਰਦੇ ਆ ਕਿਸੇ ਦੇ ਉੱਤੇ ਇਸ ਤਰ੍ਹਾਂ ਹਮਲਾ ਕਰਨਾ ਨਿੰਦਾ ਵਾਲੀ ਗੱਲ ਆ ਪਰ ਉਹਨਾਂ ਦੇ ਜਿਹੜੇ ਸਵਾਲ ਨੇ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਸਪੀਚ ਵਿੱਚ ਜਿਹੇ ਸਵਾਲ ਸੀਗੇ ਉਹ ਕੌਣ ਹੁੰਦੇ ਆ ਕਿਸੇ ਰੋਕਣ ਵਾਲੇ ਡੈਮੋਕਰੇਸੀ ਆ ਮੈਂ ਤੁਸੀਂ ਮੈਨੂੰ ਸਵਾਲ ਪੁੱਛਦੇ ਆ ਇਹ ਮੇਰਾ ਤਰੀਕਾ ਹੈਗਾ ਆਪਣਾ ਬੋਰਪਾਸ ਜਵਾਬ ਦੇਣ ਦਾ ਤੁਸੀਂ ਇਹ ਥੋੜਾ ਵੀ ਜੇ ਮੈਂ ਸਵਾਲ ਜਿਹੜਾ ਹੈਗਾ ਤੁਹਾਡੇ ਸਵਾਲ ਦਾ ਜਵਾਬ ਤੁਹਾਡੇ ਮੁਤਾਬਕ ਨਹੀਂ ਦਿੰਦਾ ਤੁਸੀਂ ਮੇਰੇ ਥੱਪੜ ਮਾਰ ਲਾ ਜਾਓਗੇ ਬਿਲਕੁਲ ਇਹ ਥੋੜਾ ਤਰੀਕਾ ਹੋਇਆ ਕਰਦਾ ਹਰ ਬੰਦਾ ਆਪਣੇ ਨਜ਼ਰੀਏ ਦੇ ਨਾਲ ਗੱਲ ਕਹਿੰਦਾ ਠੀਕ ਹੈ ਨਹੀਂ ਤੇ ਮੈਂ ਤਾਂ ਇੱਕ ਗੱਲ ਕਹਿਣਾ ਕਿ ਹੱਥ ਉਹਦੋਂ ਹੀ ਚੱਕ ਹੁੰਦਾ ਹੈਗਾ ਜਦੋਂ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੂੰ ਠੀਕ ਹੈ ਤਾਂ ਥੋੜੇ ਹੱਥ ਪੈਰ ਚੱਲਣੇ ਸ਼ੁਰੂ ਹੋ ਜਾਂਦੇ ਆ ਜਦੋਂ ਗੁਰਨਾਨਕ ਦੇਵ ਜੀ ਨੇ ਗੱਲ ਕੀਤੀ ਨਾ ਸੰਵਾਦ ਦੀ ਜਦੋਂ ਉਹ ਸਿੱਧਾਂ ਦੇ ਨਾਲ ਵੀ ਗੋਸ਼ਟੀ ਕਰਨ ਗਏ ਤਾਂ ਉੱਥੇ ਵੀ ਉਹਨਾਂ ਨੇ ਕਿਹਾ ਕਿ ਬੀ ਬੈਠੋ ਆਪਾਂ ਸੰਵਾਦ ਕਰਦੇ ਆਂ ਰੋਸ ਨਾ ਕੀਜੇ ਉੱਤਰ ਦੀਜੇ ਉੱਤਰ ਦੀਜੇ ਹਾਂ ਠੀਕ ਹੈ ਤੇ ਉਹ ਦੋ ਉੱਤਰ ਲਾਓ ਤੁਸੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਰੋਜ਼ ਕਿਉਂ ਕਰਦਾ ਸਿੱਖ ਉੱਤਰ ਦੇ ਜੀ ਸਿੱਖ ਬੁੱਧ ਜੀਵੀਆਂ ਨੇ ਵੀ ਕਿਹਾ ਕਹਿੰਦੇ ਭਾਈ ਸਿੱਖ ਨੇ ਇੱਥੇ ਇਕੱਠੇ ਏਕੇ ਦੀ ਗੱਲ ਕਰਨੀ ਚਾਹੀਦੀ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਬਾਈਬਲ ਕਲਾ ਗੋਲੀ ਕੰਡ ਨੂੰ ਲੈ ਕੇ ਜੋ ਵੀ ਮੁੱਦਿਆਂ ਨੂੰ ਲੈ ਕੇ ਉਹਨਾਂ ਦਾ ਗਰਮ ਹੋਏ ਜਾਂ ਜੋ ਹੋਏ ਪਰ ਉੱਥੇ ਸਿੱਖ ਬੁੱਧ ਜੀਵਾਂ ਦਾ ਆਇਆ ਵੀ ਭਾਈ ਇਕੱਠੇ ਹੋ ਕੇ ਜਿਹੜਾ ਮੋਰਚਾ ਇਸ ਨੂੰ ਜੋੜੋ ਨਾ ਕਿ ਤੋੜੋ ਨਹੀਂ ਉਹੀ ਗੱਲ ਆ ਰਹੀ ਹੈ ਨਾ ਹੁਣ ਜਿਹੜਾ ਬੰਦਾ ਉਹਨਾਂ ਦੇ ਮੁਤਾਬਕ ਨਹੀਂ ਜਾਂਦਾ ਉਹਨੂੰ ਉਹ ਕੁੱਟਣਗੇ ਜੇ ਉਹਨਾਂ ਦੇ ਮੁਤਾਬਕ ਜਾਂਦਾ ਹੈਗਾ ਤੇ ਉਹ ਬਹੁਤ ਸਾਰੇ ਲੋਕ ਉਹਨਾਂ ਪ੍ਰਤੀ ਵੀ ਗੱਲਾਂ ਕਰਦੇ ਹੈਗੇ ਥੋੜਾ ਕੁਝ ਮੀਡੀਆ ਦੇ ਵਿੱਚ ਆ ਰਹੇ ਆ ਵੀ ਕੌਣ ਕੌਣ ਬੰਦੇ ਆ ਉੱਥੇ ਜਿਹੜੇ ਧਰਨੇ ਲਾਈ ਬੈਠੇ ਆ ਕੋ ਦੇਖੋ ਇਹ ਤਾਂ ਅੱਜ ਮੀਡੀਆ ਦਾ ਜ਼ਮਾਨਾ ਹੈ ਅੱਜ ਪ੍ਰੈਸ ਦਾ ਜ਼ਮਾਨਾ ਹੈ ਜੀ ਔਰ ਸਭ ਤੋਂ ਸਟਰੋਂਗ ਪ੍ਰੈਸ ਹੈ ਜਿਹੜੀ ਹਰ ਚੀਜ਼ ਨੂੰ ਕੱਢ ਕੇ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਕਰਦੀ ਹੈ ਤੁਹਾਡੇ ਸਾਹਮਣੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਉਸੇ ਟਾਈਮ ਕਿ ਅਸੀਂ ਤਾਂ ਅਮੀਰ ਸਾਹਿਬ ਨੂੰ ਕਿਹਾ ਸੀ ਕਿ ਉਹ ਇਹਦੇ ਵਿੱਚ ਨਾ ਆਉਣ ਨਹੀਂ ਕਿਹਾ ਨਾ ਨਹੀਂ ਉੱਥੇ ਦੀ ਬਾਰੇ ਜਦੋਂ ਤੋਂ ਬਹੁਤ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਕੌਮੀ ਇਨਸਾਫ ਮੋਰਚੇ ਜਿਹੜੇ ਮੈਂਬਰ ਨੇ ਜਾਂ ਮੁਰੇ ਆਗੂ ਨੇ ਕਹਿੰਦੇ ਭਾਈ ਅਸੀਂ ਤਾਂ ਉਹਨਾਂ ਨੂੰ ਸੰਦੇਸ਼ ਦਿੱਤਾ ਹੀ ਨਹੀਂ ਦੱਤਾ ਨਹੀਂ ਹੂੰ ਔਰ ਬਲਵਿੰਦਰ ਸਿੰਘ ਦੀ ਇੰਟਰਵਿਊ ਉਹ ਚੱਲ ਰਹੀ ਹੈਗੀ ਸਪੀਚ ਚੱਲ ਰਹੀ ਹੈਗੀ ਉਸ ਦੇ ਵਿੱਚ ਕਿਹਾ ਕਿ ਤਾਂ ਆਮੀ ਆਵੇ ਆ ਕੇ ਵਿੱਚ ਬੈਠੇ ਇੱਥੋਂ ਆ ਕੇ ਸੰਬੋਧਨ ਕਰੇ ਦੇਖ ਲਓ ਸਾਰਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਜੇ ਕੌਮ ਐ ਕੱਢ ਕੇ ਚਲਾ ਦਿੰਨਾ ਹੂੰ ਸੋ ਇਹ ਗੱਲਾਂ ਨਹੀਂ ਹੈਗੀਆਂ ਤੇ ਬਈ ਤੁਸੀਂ ਕਾਦੇ ਗੁਰਸਿੱਖ ਐ ਤੁਸੀਂ ਤੁਸੀਂ ਸਟੇਜ ਤੇ ਖੜੇ ਜਿਹੜੇ ਹੈਗੇ ਇਨਵਾਈਟ ਕਰ ਰਹੇ ਹੈਗੇ ਮੁਰਕੇ ਤੁਸੀਂ ਮਤਲਬ ਇੱਕ ਗੁਰਸਿੱਖ ਹੋ ਕੇ ਤੁਸੀਂ ਉਸ ਕਾਲ ਨੂੰ ਮੁਕਰ ਜਾਂਦੇ ਹੈਗੇ ਕੀ ਕੀ ਕਹੀਏ ਇਹਨੂੰ ਮਤਲਬ ਤੁਹਾਡੇ ਬਾਬਤ ਜੇ ਮੈਂ ਇਸ ਤੇ ਹੀ ਸੰਦੇਸ਼ ਦੇਣਾ ਚਾਹੁੰਨਾ ਕਿਉਂਕਿ ਇੱਕ ਚਲੋ ਆਪਾਂ ਕਹਿ ਦਈਏ ਨੌਜਵਾਨਾਂ ਨੂੰ ਜਾਂ ਜਿਹੜੇ ਸਿੱਖ ਪਾਈ ਚਾਰੇ ਨੇ ਜਿੱਦਾਂ ਇਹ ਹਮਲਾ ਕਰਨ ਆਪਣੇ ਹੀ ਭਾਈਚਾਰੇ ਕਿਸਾਨਾਂ ਤੇ ਹਮਲਾ ਕਰਨ ਇਸ ਨੂੰ ਤੁਸੀਂ ਕੀ ਸੰਦੇਸ਼ ਦੇਵਗੇ ਮੈਂ ਸੰਦੇਸ਼ ਕੀ ਦੇਣਾ ਦੇਖੋ ਮੈਂ ਇਹਨਾਂ ਬਾਰੇ ਕੀ ਕਹਾਂ ਜਿਹੜੇ ਲੋਕ ਜਿਨ੍ਹਾਂ ਨੂੰ ਆਪ ਤੋਂ ਵੱਡੇ ਦਾ ادب ਨਹੀਂ ਸਤਿਕਾਰ ਨਹੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਉਹਨਾਂ ਲੋਕਾਂ ਨੂੰ ਉਹਨਾਂ ਦੇ ਕੀ ਮਲੰਮਾ ਚੜਿਆ ਹੋਇਆ ਹੈਗਾ ਉਹਨਾਂ ਉਸ ਮਲੰਮੇ ਦੇ ਅੰਦਰ ਜਿਹੜਾ ਹੈਗਾ ਕੋਈ ਸੰਦੇਸ਼ ਨਹੀਂ ਜਾਂਦਾ ਠੀਕ ਹੈ ਨਹੀਂ ਜੀ ਕੋਈ ਸੰਦੇਸ਼ ਨਹੀਂ ਜਾਂਦਾ ਹੈਗਾ ਹਾਂ ਹਮੇਸ਼ਾ ਹੀ ਅਸੀਂ ਕਹਿੰਦੇ ਆ ਮੈਂ ਵੀ ਕਹਣਾ ਸ਼੍ਰੋਮਣੀ ਕਮੇਟੀ ਵੀ ਕਹਿੰਦੀ ਹੈਗੀ ਆ ਕਿ ਸਿੱਖ ਇੱਕ ਪਲੇਟਫਾਰਮ ਤੇ ਆਉਣ ਅਕਾਲ ਤਖਤ ਸਾਹਿਬ ਕਹਿੰਦਾ ਕਿ ਸਿੱਖ ਇੱਕ ਪਲੇਟਫਾਰਮ ਤੇ ਆਉਣ ਤੇ ਜਦੋਂ ਜਿਹੜਾ ਹੈਗਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਕੋਈ ਬਿਆਨ ਦੰਦੇ ਹੈਗੇ ਉਹਦਾ ਜਦੇ ਦੂਏ ਪਾਸੇ ਜਿਹੜਾ ਹੈਗਾ ਉਹਦੇ ਖਿਲਾਫ ਸੋਸ਼ਲ ਮੀਡੀਆ ਤੇ ਜਿੰਨਾ ਲੋਕਾਂ ਨੇ ਜਿਹੜੇ ਹੈਗਾ ਜਾਲੀ ਅਕਾਊਂਟ ਬਣਾਏ ਹੋਏ ਹੈਗੇ ਉਹ ਬਕਵਾਸ ਮਾਰਨਾ ਸ਼ੁਰੂ ਕਰ ਦਿੰਦੇ ਠੀਕ ਹੈ ਨਹੀਂ ਉਹ ਉਹ ਜਦੋਂ ਅਕਾਊਂਟਾਂ ਨੂੰ ਲੱਭਦੇ ਆਉਂ ਕਾਊਂਟ ਕੋਈ ਹੈ ਹੀ ਨਹੀਂ ਕਿਸੇ ਦੇ ਔਰ ਲੋਕ ਜਿਹੜੇ ਹੈਗੇ ਆ ਉਹਨਾਂ ਗੱਲਾਂ ਤੋਂ ਹੀ ਪ੍ਰਭਾਵਿਤ ਹੁੰਦੇ ਹੈਗੇ ਜੀ ਤੇ ਇੱਕ ਜੋ ਗਣਤੰਤਰਤਾ ਦੇਵ ਸਾਰੇ ਆਖਰੀ ਸਵਾਲ ਗਣਤੰਤਰਤਾ ਦੇਵਸ ਨੂੰ ਬੰਦੀ ਸਿੰਘ ਜਿੱਥੇ ਵੀ ਸਿੱਖ ਜਿੱਥੇ ਵੀ ਬੰਦੀ ਧਰਨਾ ਲਾਈ ਬੈਠੇ ਨੇ ਜਾਂ ਪ੍ਰੇਮ ਕਰਦੇ ਨੇ ਜਿਹੜੇ ਗੁਰਗੰਸ ਸਿੰਘ ਮਹਾਰਾਜ ਦੇ ਬੇਅਦਬੀ ਦੇ ਮਾਮਲਾ ਬਾਈਬਲ ਕਲਾਂ ਗੋਲੀ ਕਾਂਡ ਤੇ ਹੋਰ ਜਿਹੜੇ ਬੇਅਦਬੀ ਦੇ ਮਾਮਲੇ ਹੋਏ ਨੇ ਜਿਸ ਨੂੰ ਲੈ ਕੇ ਗਣਤੰਤਰਤਾ ਦੇਵ 26 ਜਨਵਰੀ ਨੂੰ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਚੰਡੀਗੜ੍ਹ ਵੀ ਜਾਂ ਪੰਜਾਬ ਦੇ ਹੋਰ ਵੀ ਤੇ ਉਹਨਾਂ ਨੇ ਕਿਹਾ ਸੀ ਕਾਲੇ ਦਿਨ ਦੇ ਤੌਰ ਤੇ ਮਨਾਵਾਂਗੇ ਦੇਖੋ ਗੱਲ ਇਹ ਹੈਗੀ ਐ ਜੀ ਜਿੱਤੋਂ ਤੱਕ ਗਣਤੰਤਰਤਾ ਦਿਵਸ ਦੀ ਗੱਲ ਹੈਗੀ ਐ ਮੈਂ ਤੁਹਾਡੇ ਨਾਲ ਹੀ ਦੱਸ ਦੇਣਾ ਚਾਹੁੰਦਾ ਕਿ ਜਦੋਂ 1950 ਦੇ ਵਿੱਚ 26 ਜਨਵਰੀ 1950 ਨੂੰ ਇਹ ਗਣਤੰਤਰ ਦਿਵਸ ਮਨਾਇਆ ਗਿਆ ਜਦੋਂ ਸਾਡਾ ਸੰਵਿਧਾਨ ਲਾਗੂ ਕੀਤਾ ਗਿਆ ਜਿਹੜੀ ਉਹਦੀ ਕੌਨਸਟੀਚੁਐਂਟ ਕਮੇਟੀ ਸੀ ਉਸ ਦੇ ਵਿੱਚ ਦੋ ਸਰਦਾਰ ਮੈਂਬਰ ਸੀ ਸਰਦਾਰ ਹੁਕਮ ਸਿੰਘ ਤੇ ਸਰਦਾਰ ਭਪਿੰਦਰ ਸਿੰਘ ਮਾਨ ਉਹਨਾਂ ਦੋਵਾਂ ਨੇ ਇਸ ਕਨਸਟੀਟਿਊਸ਼ਨ ਤੇ ਦਸਖਤ ਨਹੀਂ ਸੀ ਕੀਤੇ ਕਿਉਂ ਨਹੀਂ ਸੀ ਕੀਤੇ ਉਹਨਾਂ ਨੇ ਕਿਹਾ ਕਿ ਸਾਡੇ ਸਿੱਖਾਂ ਦੇ ਮਾਮਲਿਆਂ ਨੂੰ ਸਾਡੇ ਸਿੱਖਾਂ ਦੇ ਰਾਈਟਸ ਨੂੰ ਸਾਡੀ ਸਿੱਖਾਂ ਦੀਆਂ ਜ਼ਰੂਰਤਾਂ ਨੂੰ ਇਹਦੇ ਵਿੱਚ ਮੁੱਦੇ ਨਜ਼ਰ ਨਹੀਂ ਰੱਖਿਆ ਗਿਆ ਇਸ ਕਰਕੇ ਇਹ ਦੋਵੇਂ ਬੰਦੇ ਸੀ ਔਰ ਸਰਦਾਰ ਭਪਿੰਦਰ ਸਿੰਘ ਆਪਣੇ ਨੇੜੇ ਪਿੰਡ ਜਿਹੜਾ ਹੈਗਾ ਤਲਾਣੀਆਂ ਦੇ ਰਹਿਣ ਵਾਲੇ ਸੀ ਸਰਦਾਰ ਹੁਕਮ ਸਿੰਘ ਨੇ ਜਵਾਬ ਦਿੱਤਾ ਸੀ ਔਰ ਉਹ ਫੇਰ ਵੀ ਕਨਸਟੀਟਿਊਸ਼ਨ ਪਾਸ ਕਰ ਦਿੱਤਾ ਗਿਆ ਕਿ ਮੈਂ ਹੁਣ ਕੀ ਕਹਾ ਉਹਦੇ ਬਾਰੇ ਕੀ ਕਾਲੇ ਝੰਡੇ ਸਿਖਾਣੇ ਦਾ ਪਹਿਲੇ ਦਿਨ ਤੋਂ ਹੀ ਕਾਲਾ ਝੰਡਾ ਉਹਦੇ ਖਿਲਾਫ ਚੱਕਿਆ ਹੋਇਆ ਹੈਗਾ ਹੋੜ ਚੱਕ ਲੈਣੇ ਚਾਹੀਦੇ ਆ ਜੀ ਸਦਕੇ ਚੱਕਣ ਪਰ ਜੇ ਸਾਡੇ ਰਾਈਟਸ ਜਿਹੜੇ ਹੈਗੇ ਆ ਜਾਂ ਸਾਡੇ ਹੱਕ ਹੈਗੇ ਆ ਜੋ ਮਿਲ ਨਹੀਂ ਨਹੀਂ ਹੈਗੇ ਫਿਰ ਬੋਲਦਾ ਨਹੀਂ ਕਾਲਾ ਹੀ ਝੰਡਾ ਹੈ ਚਾਹੇ ਮੰਨ ਦੇ ਵਿੱਚ ਕਾਲਸ ਹੋਵੇ ਚਾਹੇ ਝੰਡੇ ਦੇ ਵਿੱਚ ਕਾਲਸ ਹੋਵੇ ਬਿਲਕੁਲ ਤੇ ਜੰਦ ਜੰਦ ਦੀ ਆਖਰੀ ਸਵਾਬੰਦੀ ਸਿੰਘਲ ਜਿਹੜੀ ਰਿਹਾਈ ਨੂੰ ਲੈ ਕੇ ਮੋਰਚਾ ਚੱਲ ਰਿਹਾ ਦਸਤਕਤ ਮਹਮ ਚੱਲ ਰਹੀ ਆ ਕਾਨੂੰਨੀ ਤੌਰ ਤੇ ਉਹਨਾਂ ਦੀ ਰਿਹਾਈ ਹੋ ਸਕਦੀ ਹੈ ਜਾਂ 2024 ਵਿੱਚ ਵੋਟਾਂ ਆ ਰਹੀਆਂ ਨੇ ਲੋਕ ਸਭਾ ਦੀਆਂ ਕਿਤੇ ਪਾਜਪਾ ਕੋਈ ਦਾਣਾ ਖੇਡ ਜਾਵੇ ਬਿਲਕੁਲ ਖੇਡੂਗੀ 2024 ਤੋਂ ਪਹਿਲਾਂ ਇੱਕ ਮੌਕਾ ਦੇਖ ਕੇ ਜਿਹੜਾ ਹੈਗਾ ਇਹਨਾਂ ਨੂੰ ਰਿਆ ਕਰਨਗੇ ਉਸ ਤੋਂ ਪਹਿਲਾਂ ਰਿਆ ਨਹੀਂ ਕਰਦੇ ਸਪਹਿਲਾਂ ਡਰਾਮੇ ਕਰਵਾ ਰਹੇ ਆ ਵੱਖ-ਵੱਖ ਸਰਕਾਰਾਂ ਤੋਂ ਡਰਾਮੇ ਕਰਾ ਰਹੇ ਆ ਕੁਝ ਨਹੀਂ ਕਰਦੇ ਹੈਗੇ ਔਰ ਉਸ ਟਾਈਮ ਦੇ ਉੱਤੇ ਜਾ ਕੇ ਖੇਡ ਖੇਡਣਗੇ ਤੁਹਾਡੇ ਸਾਹਮਣੇ ਦੇਖ ਲਓ ਅੱਜ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਔਰ ਦੂਜੀ ਗੱਲ ਜਿਹੜੀ ਕਾਨੂੰਨ ਵਾਲੀ ਪੁੱਛੀ ਐ ਤੁਸੀਂ ਕਾਨੂੰਨੀ ਤੌਰ ਤੇ ਉਹਨਾਂ ਦਾ ਹੱਕ ਬਣਦਾ ਹੈਗਾ ਔਰ ਜਾਣ ਬੁਝ ਕੇ ਜਿਹੜਾ ਹੈਗਾ ਕਬੂਤਰ ਮੰਗਣਾ ਹੈ ਅੱਖਾਂ ਵਿੱਚ ਰਹੇ ਆ ਜਾਣ ਕੇ ਇੱਕ ਮਤਲਬ ਜਿਹੜਾ ਹੈਗਾ ਸਿੱਖ ਜਿਹੜੇ ਬੰਦੀ ਸਿੰਘ ਹੈਗੇ ਆ ਉਹਨਾਂ ਨੂੰ ਜਾਣ ਕੇ ਰਿੱਕੇ ਲਾਇਆ ਜਾ ਤੁਸੀਂ ਕੀਮਤੀ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਰ ਇੱਕ ਜਿਹੜਾ ਸਿੱਖ ਪਾਈਚਾਰਾ ਜਾਂ ਸਿੱਖ ਸੰਗਤ ਆ ਉਹਨਾਂ ਦੇ ਵਿੱਚ ਇੱਕ ਹੀ ਹੀ ਰਾਇ ਆ ਕਿ ਇਹਨਾਂ ਨੂੰ ਰਹਾ ਕੀਤਾ ਜਾਵੇ ਪਰ ਉੱਥੇ ਹੀ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਕਿ 2024 ਦੇ ਵਿੱਚ ਕਿਤੇ ਕੇਂਦਰ ਦੀ ਸਰਕਾਰ ਉਹਨਾਂ ਨੂੰ ਰਿਹਾ ਕਰ ਸਕਦੀ ਹੈ ਕਿਉਂਕਿ ਵੋਟਾਂ ਆ ਰਹੀਆਂ ਨੇ 2024 ਵਿੱਚ ਲੋਕ ਸਭਾ ਪਰ ਉੱਥੇ ਹੀ ਕਾਨੂੰਨੀ ਤੌਰ ਤੇ ਸੰਗਤ ਵੀ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੀ ਆ ਕੌਮੀ ਇਨਸਾਫ ਮੋਰਚੇ ਤੇ 26 ਜਨਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਕਾਲਾ ਦਿਨ ਜਿਹੜਾ ਸਿੱਖਾਂ ਵੱਲੋਂ ਮਨਾਇਆ ਜਾਵੇਗਾ